ਫਤਿਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿੱਥੇ ਕੀਰਤਨ ਦਾ ਹਮੇਸ਼ਾ ਪ੍ਰਵਾਹ ਚੱਲਦਾ ਹੈ, ਹਮੇਸ਼ਾ ਸਾਡੇ ਮਨ ਵਿੱਚ ਤਮੰਨਾ ਰਹਿੰਦੀ ਹੈ ਕਿ ਅਸੀਂ ਉੱਥੇ ਕੀਰਤਨ ਸੁਣੀਏ, ਉੱਥੇ ਜਾ ਕੇ ਉੱਥੇ ਬੈਠ ਕੇ ਕੀਰਤਨ ਸੁਣੀਏ। ਇੱਕ ਰੂਹਾਨੀਅਤ ਦਾ ਅਹਿਸਾਸ ਜਿੱਥੇ ਹੁੰਦਾ ਅਤੇ ਉੱਥੇ ਜਿਹੜੇ ਕੀਰਤਨ ਕਰਦੇ ਹਨ ਉਹਨਾਂ ਵਿੱਚ ਸਭ ਤੋਂ ਪਹਿਲਾਂ ਨਾਂ ਆਉਂਦਾ ਹੈ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ। ਉਹਨਾਂ ਦਾ ਕੀਰਤਨ ਸੁਣ ਕੇ ਸਾਨੂੰ ਇੱਦਾਂ ਲੱਗਦਾ ਹੈ ਕਿ ਅਸੀਂ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿੱਚ ਬੈਠ ਕੇ ਕੀਰਤਨ ਸੁਣ ਰਹੇ ਹਾਂ। ਅੱਜ ਖੁਸ਼ੀ ਦੀ ਇਹ ਗੱਲ ਹੈ ਕਿ ਉਹ ਸਾਡੇ ਨਾਲ ਨੇ। ਅੱਜ ਆਪਾਂ ਉਹਨਾਂ ਨਾਲ ਕੁਛ ਵਿਚਾਰ ਕਰਾਂਗੇ, ਉਹਨਾਂ ਦੀ ਲਾਈਫ ਸਟੋਰੀ ਬਾਰੇ ਪੁੱਛਾਂਗੇ, ਉਹਨਾਂ ਦੇ ਕੀਰਤਨ ਦੀਆਂ ਕੁਛ ਕੰਪੋਜੀਸ਼ਨਾਂ ਉਹਨਾਂ ਕੋਲ ਸੁਣਾਂਗੇ ਪੁਰਾਤਨ। ਉਹਨਾਂ ਦਾ ਸਫ਼ਰ ਕਿਸ ਤਰ੍ਹਾਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਆਪਾਂ ਸੰਗਤ ਕੋਲ ਮਾਫ਼ੀ ਮੰਗਦੇ ਹਾਂ ਕਿ ਜਿਹੜਾ ਸ਼ਬਦ ਉਹ ਸਥਾਨ ਗਏ ਸੀ। ਚਾਹੁੰਦੇ ਹਾਂ ਕਿ ਥੋੜ੍ਹੇ ਟਾਈਮ ਦੇ ਵਿੱਚ ਜ਼ਿਆਦਾ ਸ਼ਬਦਾਂ ਦਾ ਗਾਇਨ ਕੀਤਾ ਜਾ ਸਕੇ, ਉਹਨਾਂ ਦੀ ਲਾਈਫ ਸਟੋਰੀ ਬਾਰੇ ਪੁੱਛਿਆ ਜਾ ਸਕੇ। ਅਤੇ ਇਸ ਕਰਕੇ ਸਿਰਫ ਅੰਤਰਾ ਸਥਾਈ ਹੀ ਗਾਵਾਂਗੇ ਭਾਈ ਸਾਹਿਬ ਹੁਣੀ, ਅਤੇ ਉਹਦੇ ਨਾਲ ਆਪਾਂ ਹੋਰ ਜ਼ਿਆਦਾ ਕੰਪੋਜੀਸ਼ਨਾਂ ਉਹਨਾਂ ਕੋਲ ਸੁਣਾਂਗੇ ਪੁਰਾਤਨ ਰੀਤਾਂ ਜੋ ਨੇ। ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਟਾਈਮ ਦਿੱਤਾ ਵੈ, ਅਤੇ ਅਸੀਂ ਤੁਹਾਡੇ ਬਾਰੇ ਇਹ ਪੁੱਛਣਾ ਚਾਹੁੰਦੇ ਹਾਂ ਕਿ ਸ਼੍ਰੀ ਹਰਿਮੰਦਰ ਸਾਹਿਬ ਨਾਲ ਤੁਹਾਡਾ ਕੀ ਸੰਬੰਧ ਹੈ? ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ, ਸੰਬੰਧ ਤਾਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਚਰਨਾਂ ਨਾਲ ਆਪ ਹੀ ਬਣਾ ਲਿਆ। ਸੋ ਮੇਰੀ ਤਾਂ ਕੋਈ ਪਾਇਆ ਨਹੀਂ, ਮੈਂ ਤਾਂ ਇੱਕ ਨਿੱਕੇ ਜਿਹੇ ਪਿੰਡ ਵਿੱਚ ਜਨਮ ਲੈ ਕੇ ਅਤੇ ਸਤਿਗੁਰੂ ਦੇ ਚਰਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ। ਉਸਤਾਦ ਜੀ ਨੇ ਕੀਰਤਨ ਸਿਖਾਇਆ ਔਰ ਮੈਂ ਪੰਜਵੀਂ 'ਚੋਂ ਪੜ੍ਹਦਾ ਹੀ ਕੀਰਤਨ ਸਿੱਖਣ ਲਈ ਚਲਿਆ ਗਿਆ ਸੀ ਅਤੇ ਅੱਜ ਤੱਕ ਕੀਰਤਨ ਕਰਦਾ ਹਾਂ ਅਤੇ ਕੀਰਤਨ ਸਿੱਖਣ ਦੀ ਵੀ ਕੋਸ਼ਿਸ਼ ਕਰਦਾ ਹਾਂ। ਭਾਈ ਸਾਹਿਬ, ਤੁਹਾਡੇ ਜਨਮ ਤੁਹਾਡਾ ਕਿੱਥੇ ਹੋਇਆ? ਪਿਤਾ ਜੀ ਬਾਰੇ ਕਿ ਉਹ ਕੀਰਤਨ ਕਰਦੇ ਸਨ ਉਹਨਾਂ ਬਾਰੇ ਦੱਸੋ ਤੁਹਾਡਾ ਜਨਮ। ਮੇਰਾ ਪਿੰਡ ਜੀ ਬੋਡੇ ਹੈ, ਜੇ ਬਧਨੀ ਅਤੇ ਬਿਲਾਸਪੁਰ ਦੇ ਵਿਚਕਾਰ ਹੈ ਔਰ ਛੋਟਾ ਜਿਹਾ ਪਿੰਡ ਹੈ ਜੀ। ਮੇਰਾ ਜਨਮ ਇੱਥੇ ਹੋਇਆ ਅਤੇ ਮੇਰੇ ਮਾਤਾ ਪਿਤਾ ਜੀ ਕੀਰਤਨ ਨਹੀਂ ਜਾਣਦੇ। ਅੱਛਾ ਅੱਛਾ। ਵਾਹ। ਮੈਂ ਇੱਕ ਘਰੇਲੂ ਆਮ ਗਰੀਬ ਘਰ ਦਾ ਬੱਚਾ ਸੀ ਅਤੇ ਮੈਨੂੰ ਸ਼ੁਰੂ ਤੋਂ ਹੀ ਥੋੜ੍ਹਾ ਸ਼ੌਕ ਸੀ ਗਾਉਣ ਗੂਣ ਦਾ ਨਿੱਕੇ ਬਚਪਨੇ ਤੋਂ ਹੀ, ਅਤੇ ਇਸੇ ਤਰ੍ਹਾਂ ਹੀ ਵਿਧ ਬਣ ਗਈ ਅਤੇ ਸਤਿਗੁਰੂ ਦੀ ਕਿਰਪਾ ਨਾਲ ਉਸਤਾਦਾਂ ਦੀ ਝੋਲੀ ਪੈ ਗਏ ਅਤੇ ਉਹਨਾਂ ਨੇ ਸਾਨੂੰ ਕੀਰਤਨ ਸਿਖਾ ਕੇ ਇੱਥੋਂ ਤੱਕ ਪਹੁੰਚਾਇਆ। ਤੁਹਾਡੇ ਪਿਤਾ ਜੀ ਦਾ ਸ਼ੁਭ ਨਾਮ? ਸਰਦਾਰ ਬਦਰੀ ਸਿੰਘ ਅਤੇ ਮਾਤਾ ਦਾ ਨਾਮ ਜੈ ਕੌਰ ਸੀ। ਅੱਛਾ ਅੱਛਾ ਅੱਛਾ। ਇੱਕ ਭਾਈ ਸਾਹਿਬ ਇਹ ਦੱਸੋ, ਤੁਸੀਂ ਕਿਹੜੇ ਕਿਹੜੇ ਉਸਤਾਦਾਂ ਕੋਲੋਂ ਕੀਰਤਨ ਦੀ ਤਾਲੀਮ ਲਈ? ਮੇਰੇ ਸਭ ਤੋਂ ਪਹਿਲੇ ਉਸਤਾਦ ਨੇ ਗਿਆਨੀ ਪ੍ਰੀਤਮ ਸਿੰਘ ਜੀ ਸਿੰਘਾਂ ਵਾਲੇ ਦੇ, ਔਰ ਉਹ ਬੁੱਢਾ ਜੋੜ ਅਤੇ ਕਾਲਜ ਸਿੱਧਵੇਂ ਕਾਲਜ ਜਿਹੜੇ ਕਾਲਜ ਉੱਥੇ ਹੈਗਾ ਉੱਥੇ ਸਿਖਾਉਂਦੇ ਰਹੇ ਨੇ ਬੱਚਿਆਂ ਨੂੰ, ਅਤੇ ਫਿਰ ਉਹ ਸੰਗੀਤ ਕੀਰਤਨ ਵਿਦਿਆਲਾ ਬੁੱਢਾ ਜੋੜ, ਅਤੇ ਮੈਂ ਬੁੱਢਾ ਜੋੜ ਉਹਨਾਂ ਕੋਲ ਰਿਹਾ 3-4 ਸਾਲ, ਅਤੇ ਨਾਲ ਨਾਲ ਉੱਥੋਂ ਫਿਰ ਤਲਵੰਡੀ ਸਾਬੋ ਵੀ ਅਸੀਂ ਰਹੇ, ਅਤੇ ਉਦੋਂ ਬਾਅਦ ਫਿਰ ਉਸਤਾਦ ਜੀ ਮੈਨੂੰ ਕਹਿੰਦੇ ਤੂੰ ਹੁਣ ਜਾ ਅਤੇ ਤੈਨੂੰ ਕੀਰਤਨ ਦੀ ਜਿੰਨੀ ਦਾਤ ਲੈਣੀ ਸੀ ਲੈ ਲਈ ਹੈ ਅਤੇ ਤੁਸੀਂ ਹੁਣ ਵਿਚਰੋ, ਅਤੇ ਮੈਂ ਅੰਮ੍ਰਿਤਸਰ ਆ ਗਿਆ ਅਤੇ ਇਸ ਤਰ੍ਹਾਂ ਮੈਨੂੰ ਕੀਰਤਨ ਦੀ ਡਿਊਟੀ ਮਿਲੀ। ਵਾਹ ਭਾਈ ਸਾਹਿਬ,
ਆਪਾਂ ਇਹ ਗੱਲਬਾਤ ਸਾਡੀ ਇੱਦਾਂ ਚੱਲੇਗੀ ਕਾਫੀ, ਹਜੇ ਤੁਹਾਨੂੰ ਪੁੱਛਿਆ ਇਹ ਤੁਸੀਂ ਦੱਸੋਗੇ, ਪਹਿਲਾਂ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਤੁਸੀਂ ਕੋਈ ਸ਼ਬਦ ਸੁਣਾਓ। ਲਓ ਜੀ, ਰਾਗਾ ਸਵਿਚ ਹੈ ਆਪ ਸਰਵ ਲੱਗਦਾ ਕਿ ਇਹ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿੱਚ ਬੈਠ ਕੇ ਕੀਰਤਨ ਸੁਣਦੇ ਹਾਂ। ਵਾਹਿਗੁਰੂ। ਤੇ ਭਾਈ ਸਾਹਿਬ ਇਹ ਦੱਸੋ, ਜਦੋਂ ਤੁਸੀਂ ਸਿੱਖੇ ਹੋ, ਹਾਂਜੀ, ਤੁਹਾਨੂੰ ਸਿੱਖਣ ਦੇ ਦੌਰਾਨ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕੋਈ ਪੁਰਾਤਨ ਜਿਹੜੀ ਤੁਹਾਡੇ ਨਾਲ ਵਿਚਰੀ ਹੋਏ? ਦੇਖੋ, ਸਭ ਤੋਂ ਵੱਡੀ ਗੱਲ ਤਾਂ ਵੀ ਬਚਪਨ 'ਚ ਮਾਂ ਪਿਓ ਕੋਲੋਂ ਜਾਣਾ, ਘਰੋਂ ਜਾਣਾ, ਇਹ ਸਭ ਤੋਂ ਵੱਡੀ ਦਿੱਕਤ ਹੈ। ਕਿਉਂਕਿ ਬੱਚਾ ਪੰਜਵੀਂ 'ਚ ਪੜ੍ਹਦਾ ਕਿੰਨਾ ਕੁ ਹੁੰਦਾ? ਸੋ ਮੈਂ ਉਸਤਾਦ ਜੀ ਉਹਨਾਂ ਕੋਲ ਪੰਜਵੀਂ 'ਚ ਪੜ੍ਹਦਾ ਚਲਿਆ ਗਿਆ, ਅਤੇ ਉਹਨਾਂ ਕੋਲ ਥੋੜ੍ਹਾ ਜਿਹਾ 4-5-6 ਮਹੀਨੇ ਰਹਿਣਾ ਥੋੜ੍ਹਾ ਮੁਸ਼ਕਲ ਹੋਇਆ, ਕਿਉਂਕਿ ਘਰੋਂ ਗਏ ਸੀ। ਅਤੇ ਇੱਕ ਰਾਜਸਥਾਨ ਦਾ ਸਮਾਂ, ਰਾਜਸਥਾਨ 'ਚ ਰਹਿਣਾ, ਉੱਥੇ ਗਰਮੀ ਬਹੁਤ ਸੀ, ਅਤੇ 10 ਉੱਥੇ ਰਹੇ ਉਹਨਾਂ ਕੋਲ ਜੀ। ਉਸ ਤੋਂ ਬਾਅਦ ਅਸੀਂ ਤਲਵੰਡੀ ਸਾਬੋ, 2-3 ਸਾਲਾਂ ਬਾਅਦ ਤਲਵੰਡੀ ਸਾਬੋ ਆ ਗਏ ਉਸਤਾਦ ਜੀ ਦੇ ਨਾਲ, ਉੱਥੇ ਸਿੱਖਿਆ। ਉੱਥੇ ਉਹਨਾਂ ਨੇ, ਉਸਤਾਦ ਜੀ ਨੇ ਸੋਚਿਆ ਵੀ ਇਹਨਾਂ ਦੀ ਹੁਣ ਵਿੱਦਿਆ ਜਿਹੜੀ ਮੁਕੰਮਲ ਹੈ, ਇਹਨਾਂ ਨੂੰ ਵਿਚਰਨਾ ਚਾਹੀਦਾ। ਸੋ ਮੈਨੂੰ ਉਦੋਂ ਇਹਨਾਂ ਨੇ ਅੰਮ੍ਰਿਤਸਰ ਕਾਲਤਾ, ਅਤੇ ਮੈਂ ਆ ਕੇ ਪ੍ਰਧਾਨ ਜੀ ਨਾਲ ਗੱਲ ਕੀਤੀ, ਅਤੇ ਉਹ ਮੈਨੂੰ ਮਿਲੇ। ਉਹਨਾਂ ਨੇ ਮੈਨੂੰ 68 ਵਿੱਚ ਨੌਕਰੀ ਦਿੱਤੀ। 68 'ਚ ਤੁਸੀਂ? ਹਾਂ। ਵਾਹ, ਕਮਾਲ ਆ। ਉਦੋਂ ਤੁਸੀਂ ਜਾਬ 'ਤੇ ਆ ਗਏ? ਮੈਂ ਜਾਬ 'ਤੇ। ਵਾਹ ਵਾਹ ਵਾਹ। ਦੇਖੋ, ਮੇਰੇ ਖਿਆਲ ਸਾਡੀ ਇੰਨੀ ਆਪਣੀ ਉਮਰ ਵੀ ਨਹੀਂ ਹੋਣੀ ਜੀ। ਉਸ ਤੋਂ 67 ਦਾ ਮੇਰਾ ਬਰਥ ਹੈ। ਭਾਈ ਸਾਹਿਬ ਕਿਆ ਵਾ, ਯਾਦ ਰੱਖਣ ਵਾਲੀ ਗੱਲ ਹੈ ਵੀ ਉਸ ਵੇਲੇ ਮੇਰੀ ਤਨਖਾਹ 117 ਰੁਪਈਏ। ਵਾਹ ਜੀ ਵਾਹ, 117 ਰੁਪਈਏ। ਵਾਹ, ਮੈਂ ਪ੍ਰਸ਼ਾਦਾ ਪਾਣੀ ਛੱਕ ਕੇ 50 ਰੁਪਈਏ ਬਚਾ ਲੈਂਦਾ ਸੀ ਉਹਦੇ 'ਚੋਂ। ਵਾਹ ਵਾਹ। ਅੱਛਾ, ਅੱਜ ਨਾ ਇਹ ਸਾਡੇ ਨਾਲ ਡਾਕਟਰ ਗੁਰਮੀਤ ਸਿੰਘ ਜੀ ਚਲਾਣਾ, ਵਿਸ਼ੇਸ਼ ਤੌਰ 'ਤੇ ਆਪਾਂ ਇਹਨਾਂ ਨੂੰ ਬੇਨਤੀ ਕੀਤੀ ਹੈ ਕਿਉਂਕਿ ਇਹਨਾਂ ਦਾ ਭਾਈ ਸਾਹਿਬ ਨਾਲ ਬਹੁਤ ਪਿਆਰ ਹੈ, ਕਿਉਂਕਿ ਕਾਫੀ ਸਾਲਾਂ ਜਦੋਂ ਅਮੈਰੀਕਾ ਆਏ ਨੇ। ਇਹਨਾਂ ਨੂੰ ਬੇਨਤੀ ਕੀਤੀ ਕਿ ਭਾਈ ਸਾਹਿਬ ਆਪਾਂ ਇੰਟਰਵਿਊ ਭਾਈ ਸਾਹਿਬ ਦੀ ਕਰ ਰਹੇ ਹਾਂ, ਅਤੇ ਕਹਿੰਦੇ ਮੈਂ ਵੀ ਜ਼ਰੂਰ ਆਵਾਂਗਾ, ਅਤੇ ਆਪਾਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਭਾਈ ਸਾਹਿਬ ਨੂੰ ਕੁਛ
ਸਵਾਲ ਪੁੱਛਣ। ਭਾਈ ਸਾਹਿਬ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ। ਮੈਨੂੰ 40 ਸਾਲ ਹੋ ਗਏ ਤੁਹਾਨੂੰ ਮਿਲਿਆਂ ਨੂੰ। ਵਾਹਿਗੁਰੂ। ਅਤੇ 40 ਸਾਲ ਹੋ ਗਏ ਸੁਣਦਿਆਂ ਨੂੰ ਵੀ। ਵਾਹਿਗੁਰੂ ਜੀ। ਤੁਸੀਂ ਇੰਨਾ ਕੀਰਤਨ ਸ਼ੁੱਧ ਅਤੇ ਇੰਨੇ ਰਾਗ ਵਿੱਚ ਕਰਦੇ ਹੋ ਕਿ ਐਵਰੀਬਾਡੀ ਨੋਜ਼, ਸਾਰੇ ਲੋਕ ਤੁਹਾਨੂੰ ਜਾਣਦੇ ਹੈਗੇ ਆ। ਮੈਂ ਤੁਹਾਡੀ ਉਹ, ਤੁਸੀਂ ਵੇਖੋ ਹਰਿਮੰਦਰ ਸਾਹਿਬ ਵਰਗੀ ਜਗ੍ਹਾ ਛੱਡ ਕੇ ਤੁਸੀਂ ਇੱਥੇ ਆਏ, ਆਪਣਾ ਆ ਕੇ ਸੰਗਤਾਂ ਨੂੰ ਇੱਥੇ ਨਿਹਾਲ ਕੀਤਾ ਹੈ, ਤਾਂ ਮੇਰੇ ਸਵਾਲ ਇਹ ਹੋਇਆ ਕਿ ਤੁਸੀਂ ਇੰਨੇ ਉੱਥੋਂ ਆਉਣ ਅਤੇ ਯੂ ਐੱਸ ਏ ਦੇ ਵਿੱਚ ਆਉਣ 'ਚ ਤੁਸੀਂ ਕੀ ਜ਼ਿੰਦਗੀ 'ਚ ਪਾਇਆ ਅਤੇ ਕੀ ਖੋਇਆ? ਡਾਕਟਰ ਸਾਹਿਬ, ਬੇਨਤੀ ਹੈ ਵੀ ਬੜਾ ਕੁਛ ਗੁਆਇਆ ਅਤੇ ਬੜਾ ਕੁਛ ਖੱਟਿਆ। ਵਾਹ। ਸਤਿਗੁਰੂ ਗੁਰੂ ਰਾਮਦਾਸ ਦੇ ਚਰਨ ਪਰਸਨ ਦਾ ਸੁਭਾਗ 20-22 ਸਾਲ ਰਿਹਾ, ਔਰ ਉਹ ਛੱਡਣੇ ਬੜੇ ਕਠਿਨ ਸੀ, ਪਰ ਹਾਲਾਤ ਕੁਛ ਐਸੇ ਬਣ ਗਏ ਸੀ ਮੈਨੂੰ ਉੱਥੋਂ ਆਉਣਾ। ਠੀਕ ਹੈ। ਸੋ ਹਾਲਾਤ ਲੰਘ ਗਏ ਅਤੇ ਮਹਾਰਾਜ ਨੇ ਕਿਰਪਾ ਕੀਤੀ ਵੀ ਮੈਂ ਯੂ ਐੱਸ ਏ ਵਿੱਚ ਸੈਟਲ ਹੋ ਗਿਆ, ਔਰ ਇੱਥੋਂ ਦੀਆਂ ਸੰਗਤਾਂ ਨੇ ਵੀ ਮੈਨੂੰ ਬੇਹੱਦ ਪਿਆਰ ਕੀਤਾ, ਉਸੇ ਤਰ੍ਹਾਂ ਮਾਣ ਸਤਿਕਾਰ ਦਿੱਤਾ ਜਿਵੇਂ ਦਰਬਾਰ ਸਾਹਿਬ ਮਿਲਦਾ ਸੀ। ਵਾਹਿਗੁਰੂ। ਸੋ ਮੈਨੂੰ ਦਰਬਾਰ ਸਾਹਿਬ ਦੀ ਹਮੇਸ਼ਾ ਭੁੱਖ ਰਹੇਗੀ, ਹਮੇਸ਼ਾ ਤੜਪ ਰਹੇ। ਉਹ ਤੁਸੀਂ ਦਰਬਾਰ ਸਾਹਿਬ ਦਾ ਪ੍ਰੈਜੈਂਸ ਖੋ ਕੀਤੀ? ਜੀ ਹਾਂ, ਮੈਂ ਕੋਸ਼ਿਸ਼ ਕਰਦਾ ਵੀ ਹਰ ਸਾਲ ਦਰਸ਼ਨ ਦੀਦਾਰ ਕਰਨ ਜਾਂਦਾ। ਹਾਂਜੀ। ਇਸ਼ਨਾਨ ਉੱਥੇ ਕਰਕੇ ਦਰਬਾਰ ਕੀਰਤਨ ਵੀ ਕਰਦੇ? ਕੀਰਤਨ ਵੀ ਕਰਦਾ ਕਦੀ ਟਾਈਮ ਮਿਲੇ ਤਾਂ, ਪਰ ਅੱਜ ਕੱਲ੍ਹ ਸਾਰਾ ਸਟਾਫ ਚੇਂਜ ਹੋਇਆ ਹੋਇਆ ਅਤੇ ਉਹ ਉਹਨਾਂ ਨੂੰ ਪਤਾ ਨਹੀਂ ਭਾਈ ਗੁਰਮੇਲ ਸਿੰਘ ਕੌਣ ਹੈ। ਉਹ ਤਾਂ ਜੀ ਉਹ ਫਿਰ ਮੇਰਾ ਦੂਜਾ ਸਵਾਲ ਇਹ ਹੋਏਗਾ। ਹਾਂਜੀ। ਕਿ ਤੁਸੀਂ ਜਿਵੇਂ ਕਿਹਾ ਕਿ ਸਾਰਾ ਸਟਾਫ ਚੇਂਜ ਹੋਇਆ ਹੈ ਅਤੇ ਬੱਚੇ ਜਿਹੜੇ ਹੈਗੇ ਉੱਥੇ ਉਹਨੂੰ ਪਤਾ ਵੀ ਨਹੀਂ। ਹਾਂਜੀ ਹਾਂਜੀ। ਤੁਸੀਂ ਕਿਵੇਂ ਚਾਹੁੰਦੇ ਹੋ ਕਿ ਤੁਹਾਨੂੰ ਉਹ ਜਿਹੜੀ ਜਨਰੇਸ਼ਨ ਤੁਹਾਨੂੰ ਨਹੀਂ ਜਾਣਦੀ, ਹਾਂਜੀ ਹਾਂਜੀ, ਉਹ ਕਿਵੇਂ ਯਾਦ ਰੱਖੇ, ਤੁਹਾਡੀ ਲੈਗੇਸੀ ਨੂੰ ਬਰਕਰਾਰ ਕਿਵੇਂ ਰੱਖਿਆ ਜਾਵੇ? ਦੇਖੋ ਜੀ, ਉਹ ਬਰਕਰਾਰ ਰੱਖਣ ਦਾ ਇੱਕੋ ਇੱਕ ਤਰੀਕਾ ਹੈ ਵੀ ਮੈਂ ਭਿੱਜ ਕੇ ਕੀਰਤਨ ਕਰਾਂ, ਮਹਾਰਾਜ ਦੇ ਚਰਨਾਂ ਨਾਲ ਜੁੜ ਕੇ ਕੀਰਤਨ ਕਰਾਂ, ਤਾਂ ਕਿ ਆਉਣ ਵਾਲੀ ਜਨਰੇਸ਼ਨ ਯਾਦ ਰੱਖੇ ਵੀ ਭਾਈ ਗੁਰਮੇਲ ਸਿੰਘ ਕੀਰਤਨ ਕਿਸ ਤਰ੍ਹਾਂ ਕਰਦੇ ਸਨ। ਸੋ ਇਹ ਤਾਂ ਹੀ ਹੋ ਸਕਦਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉੱਥੋਂ ਮਿਹਰ ਕਰਨ, ਔਰ ਇਹ ਸਾਰੀ ਜਿਹੜੀ ਕਿਰਪਾ ਵਰਤ ਰਹੀ ਹੈ ਇਹ ਗੁਰੂ ਰਾਮਦਾਸ ਦੀ ਵਰਤ ਰਹੀ ਹੈ, ਕੀਰਤਨ ਦਾ ਰਸ, ਗੁਰਬਾਣੀ ਦਾ ਰਸ ਵੀ ਉੱਥੋਂ ਹੀ ਆ ਰਿਹਾ। ਸੋ ਮਹਾਰਾਜ ਕਿਰਪਾ ਕਰਨ, ਸੰਗਤ ਮੈਨੂੰ ਇਸੇ ਤਰ੍ਹਾਂ ਪਿਆਰ ਬਖਸ਼ੇ, ਇਹ ਜਿਹੜੀ ਉਮਰ ਹੈ, ਜਿੰਨੇ ਸਾਹਸ ਲਿਖੇ ਨੇ ਇਹ ਕੀਰਤਨ ਲਈ ਹੋਣ। ਬਿਲਕੁਲ ਜੀ, ਤੁਸੀਂ ਇਹ ਬਹੁਤ ਦਰੁਸਤ ਕਿਹਾ। ਦੇਖੋ ਅਸੀਂ ਤੁਹਾਡੇ ਕੋਲ ਬਹੁਤ ਕੁਛ ਲੈ ਚੁੱਕੇ ਹਾਂ, ਅਤੇ ਵਾਹਿਗੁਰੂ ਇਸ ਤਰ੍ਹਾਂ ਉਹਨਾਂ ਬੱਚਿਆਂ ਨੂੰ ਦੇਗਾ। ਅਤੇ ਭਾਈ ਸਾਹਿਬ, ਆਪਾਂ ਬੇਨਤੀ ਕਰਦੇ ਹਾਂ ਕਿ ਇਸ ਤੋਂ ਪਹਿਲਾਂ ਤੁਸੀਂ ਕੀਰਤਨ ਦੀ ਗੱਲ ਚੱਲ ਰਹੀ ਹੈ, ਕੋਈ ਸਾਨੂੰ ਕੰਪੋਜੀਸ਼ਨ, ਪੁਰਾਤਨ ਕੰਪੋਜੀਸ਼ਨ ਸੁਣਾਓ ਕੋਈ। ਅੱਛਾ, ਇੱਕ ਮੈਂ ਤੁਹਾਡੇ ਕੋਲ ਸੁਣੀ ਹੈ ਸੂਲ ਫਾਕਤਾ 'ਚ ਵੀ ਸੁਣੀ ਸੀ, ਹਾਂਜੀ, ਮਾਟੀ ਕੋ ਪੁਤਲ, ਉਹ ਜਿਹੜਾ ਹਾਂਜੀ ਕੈਸੇ ਤੇ ਚਿੱਤ ਹੈ, ਮੇਰਾ ਖਿਆਲ ਉਹ ਸੁਣਾਓ ਕਿਤੇ ਜ਼ਿਆਦਾ ਆਨੰਦ ਆਏਗਾ ਤੁਹਾਨੂੰ। ਛੁਪਾਵੇ ਤਾਂ ਕਰਮ ਕਰਤ ਹੈ,
ਸਾਡੇ ਕੀਰਤਨ ਦੇ ਵਿੱਚ ਜਦੋਂ ਤੁਸੀਂ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਡਿਊਟੀ ਕੀਤੀ ਹੈ ਜੀ, ਹਾਂ, ਮਤਲਬ ਬਾਕੀ ਜਦ ਕੀ ਚੇਂਜ ਹੋਈ ਕਿ ਲੋਕਾਂ ਨੇ ਤੁਹਾਡੇ ਕੀ ਜਦ ਤੁਸੀਂ ਕੀਰਤਨ ਕਰਦੇ ਸੀ ਪਸੰਦ ਕਰਦੇ, ਉਹਦਾ ਕਾਰਨ ਕੀ ਸੀ ਕੀ ਚੇਂਜ, ਕਿ ਕੋਈ ਤੁਸੀਂ ਕੀਰਤਨ 'ਚ ਕੋਈ ਕੰਪੋਜੀਸ਼ਨਾਂ ਚੇਂਜ ਕੀਤੀਆਂ, ਕੋਈ ਸਟਾਈਲ ਬਦਲਿਆ ਜਿਹਦੇ ਨਾਲ ਸਾਰੇ ਰਾਗਿਆਂ ਤੋਂ ਵੱਧ ਤੁਹਾਡੀ ਮਾਰਕੀਟ ਹੈਗੀ ਹੈ? ਐਸੀ ਗੱਲ ਹੈ ਵੀ ਸਾਥੋਂ ਪਹਿਲਾਂ ਵੀ ਅਤੇ ਹੁਣ ਵੀ ਬਹੁਤ ਸਿਆਣੇ ਸਿਆਣੇ ਰਾਗੀ ਨੇ, ਇਹ ਮੈਂ 2-3 ਰਾਗੀਆਂ ਦੇ ਨਾਂ ਲੈਂਦਾ। ਵਾਹ। ਗੰਧਰਵ ਰਾਗੀ ਭਾਈ ਬਖਸ਼ੀਸ਼ ਸਿੰਘ ਜੀ, ਭਾਈ ਹਰੀ ਸਿੰਘ ਜੀ, ਅਤੇ ਇਸੇ ਤਰ੍ਹਾਂ ਹੋਰ ਅਨੇਕਾਂ ਜਿਹੜੇ ਬਹੁਤ ਮਸ਼ਹੂਰ ਉਸ ਵੇਲੇ ਦੇ ਸਨ। ਸੋ ਅਸੀਂ ਥੋੜ੍ਹਾ ਜਿਹਾ ਇੰਝ ਕੀਤਾ, ਸਾਡੇ ਅਸੀਂ ਸਾਰਿਆਂ ਰਲ ਮਿਲ ਕੇ ਸਾਥੀਆਂ ਵੀ ਅਸੀਂ ਥੋੜ੍ਹਾ ਸਟਾਈਲ ਚੇਂਜ ਕੀਤਾ, ਬਲਮਤ ਨੂੰ ਥੋੜ੍ਹਾ ਜਿਹਾ ਅੱਗੇ ਲਿਆਂਦਾ, ਜਿਸ ਵਿੱਚ ਥੋੜ੍ਹਾ ਗਜ਼ਲ ਸਟਾਈਲ, ਥੋੜ੍ਹਾ ਠੁੰਬੜੀ ਸਟਾਈਲ ਅਤੇ ਥੋੜ੍ਹਾ ਜਿਹਾ ਇਸ ਤਰ੍ਹਾਂ ਦੀਆਂ ਬੰਦਿਸ਼ਾਂ ਹੋ ਗਈਆਂ। ਸੋ ਇਹਦੇ ਨਾਲ ਉਹ ਸਾਰਾ ਸਟਾਈਲ ਥੋੜ੍ਹਾ ਚੇਂਜ ਹੋ ਗਿਆ ਅਤੇ ਲੋਕਾਂ ਦੀ ਖਿੱਚ ਜਿਹੜਾ ਪਿਆਰ ਬਣ ਗਿਆ। ਉਸੇ ਲਾਈਨ 'ਤੇ ਭਾਈ ਸਾਹਿਬ ਆਪਣਾ ਤੁਹਾਡੀਆਂ ਕੰਪੋਜੀਸ਼ਨ, ਤੁਹਾਡੇ ਜੋ ਸ਼ਬਦ ਹੈ, ਬਹੁਤ ਸਾਰੇ ਰਾਗੀ ਸਿੰਘ ਵੀ ਗਾਉਂਦੇ ਹੈਗੇ, ਹਾਂਜੀ, ਇਹ ਕੋਈ ਲੁਕਾ ਨਹੀਂ ਹੈਗਾ, ਆ ਸਾਡੇ ਵਰਗੇ ਤਾਂ ਸੁਣਦੇ ਹੀ ਹੈ, ਪਰ ਰਾਗੀ ਸਿੰਘ ਤੁਹਾਡੇ ਗਾਉਂਦੇ ਵੀ ਹੈਗੇ, ਤਾਂ ਕੰਪੋਜੀਸ਼ਨ ਇੰਨੀਆਂ ਸੋਹਣੀਆਂ ਕੀਤੀਆਂ ਹੋਈਆਂ ਕਈ, ਤਾਂ ਇੱਕ ਮੈਨੂੰ ਵੀ ਯਾਦ ਆਉਂਦੀ ਹੈ ਤੁਸੀਂ ਮਾਇਕ ਨਾਨਕ ਚੁਲੀਆਂ ਸੁੱਚੀਆਂ ਜੇ ਪਰ ਜਾਣਾ ਜੇ ਪਰ ਜਾਣਾ, ਹਾਂਜੀ, ਉਹ ਵੀ ਬਿਲਕੁਲ ਸਾਡੀ ਆਪਣੀ ਟਿਊਨ ਹੈਗੀ, ਅਸੀਂ ਉਹ ਬਹਿ ਕੇ ਉਹ ਬਣ ਗਏ ਅਤੇ ਉਹਦੇ ਵਿੱਚ ਉਸ ਸੰਗੀਤ ਵਿੱਚ ਉਸ ਮਤਲਬ ਜੋ ਟਿਊਨ ਵਿੱਚ ਬਿਲਕੁਲ ਪੰਜਾਬੀਅਤ, ਬਿਲਕੁਲ ਪੰਜਾਬ ਦਾ ਉਹਦੇ 'ਚ ਰੂਪ ਉਹ ਸੰਗੀਤ 'ਚ ਚੱਲਦਾ। ਸੋ ਉਹ ਨਾਨਕ ਚੁਲੀਆਂ ਸੁੱਚੀਆਂ ਜੇ ਪਰ ਜਾਣਾ ਕੋਈ, ਉਹ ਇਸ ਤਰ੍ਹਾਂ ਦੀ ਮੈਂ ਤੁਹਾਨੂੰ ਅੰਤਰਸਾਈ ਮੈਸੇਜ ਵੀ ਨਾਨਕ ਚੁਲੀਆਂ ਸੁੱਚੀਆਂ ਜੇ ਪਰ ਜਾਣੇ ਆ।
ਭਾਈ ਸਾਹਿਬ ਤੁਹਾਨੂੰ ਕਿੱਥੋਂ ਕਿੱਥੋਂ ਸਨਮਾਨਿਤ ਕੀਤਾ ਗਿਆ, ਅਵਾਰਡ ਜਿਹੜੇ ਤੁਹਾਨੂੰ ਮਿਲੇ ਨੇ? ਮੈਨੂੰ ਪਤਾ ਲੱਗਿਆ ਕਿ ਤੁਹਾਨੂੰ ਕਾਫੀ ਮਾਨ ਸਨਮਾਨ ਮਿਲਿਆ। ਸਭ ਤੋਂ ਪਹਿਲਾਂ ਮਾਨ ਸਨਮਾਨ ਤੇ ਇਹ ਹੈਗਾ ਕਿ ਜਿਹੜੇ ਦਰਬਾਰ ਸਾਹਿਬ ਹਜ਼ੂਰ ਹਰਿਮੰਦਰ ਸਾਹਿਬ ਵਿਖੇ ਤੁਸੀਂ ਡਿਊਟੀ ਕੀਤੀ ਹੈ, ਹਾਂਜੀ ਸਰ, ਤੇ ਸਭ ਤੋਂ ਵੱਡਾ ਅਵਾਰਡ ਹੈ। ਪਰ ਜਿਹੜੇ ਉਸ ਤੋਂ ਇਲਾਵਾ ਜਿੱਦਾਂ ਤੁਸੀਂ ਕਿੱਦਾਂ ਮਹਿਸੂਸ ਕਰਦੇ ਜਾਂ ਤੁਹਾਨੂੰ ਮਿਲਿਆ ਅਵਾਰਡ, ਉਸ ਬਾਰੇ ਥੋੜਾ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਪੰਥ ਦਾ, ਦਰਬਾਰ ਸਾਹਿਬ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਤੇ ਸਮੁੱਚੇ ਰਾਗੀ ਸਮੂਹ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਮੈਨੂੰ ਬੜੇ ਮਾਣ ਸਤਿਕਾਰ ਪਿਆਰ ਦਿੱਤਾ। ਹਮੇਸ਼ਾ ਮੈਨੂੰ ਪਿਆਰ ਨਾਲ ਯਾਦ ਕਰਦੇ ਨੇ, ਕਦੇ ਮੈਨੂੰ ਗਲਤ ਤਰੀਕੇ ਨਾਲ ਕੋਈ ਯਾਦ ਨਹੀਂ ਕਰਦਾ। ਸੋ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਰਾਗੀ, ਉਹਨਾਂ ਨੇ ਮੈਨੂੰ, ਸਾਨੂੰ ਤਿੰਨਾਂ ਭਰਾਵਾਂ ਨੂੰ ਗੋਲਡ ਮੈਡਲ, ਤਿੰਨਾਂ ਸਾਥੀਆਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ। ਅਤੇ ਉਸ ਤੋਂ ਪਹਿਲਾਂ ਵੀ ਬਾਬਾ ਸੁੱਚਾ ਸਿੰਘ ਜੀ ਜੋਧੀ ਕਲਾਂ ਵਾਲਿਆਂ ਨੇ ਸਾਨੂੰ, ਉਹ ਉਹਨਾਂ ਨੇ ਮੋਮੈਂਟੋ ਬਣਾਇਆ ਜਿਹੜਾ ਉਦੋਂ ਪਹਿਲਾਂ ਜਦੋਂ ਦਰਬਾਰ ਸ਼ੁਰੂ ਹੋਇਆ ਰਾਗਾਂ ਦਾ, ਅਤੇ ਉਦੋਂ ਹਾਂ ਉਦੋਂ ਮੈਨੂੰ ਉਹਨਾਂ ਨੇ ਦਿੱਤਾ। ਅਤੇ ਬਾਬਾ ਜੀ ਮੈਨੂੰ ਬਹੁਤ ਪ੍ਰੇਮ ਕਰਦੇ ਸੀ। ਅਤੇ ਉਸ ਤੋਂ ਬਾਅਦ ਫਿਰ ਦਰਬਾਰ ਸਾਹਿਬ ਵਾਲੇ ਰਾਗੀ ਸਿੰਘਾਂ ਨੇ, ਉਸ ਤੋਂ ਬਾਅਦ ਫਿਰ ਆਪਣੇ ਜਿਹੜੇ ਹੈਗੇ ਨੇ ਵੈਨਕੂਵਰ ਵਾਲੇ ਸਰੀ ਅਤੇ ਸਿੰਘ ਸਭਾ ਅਤੇ ਬਾਕੀ ਦੇ ਗੁਰਦੁਆਰਾ ਸਾਹਿਬ ਰਲ ਕੇ ਸਾਨੂੰ ਤਿੰਨਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ। ਸੋ ਉਹ ਉਹਨਾਂ ਦੇ ਦੋਨਾਂ ਦਾ ਵੱਡਾ ਪੰਡ ਹੈ। ਉਸ ਤੋਂ ਬਾਅਦ ਆਪਣੇ ਗੁਰਦੁਆਰਾ ਰਿਚਮੰਡ ਸਾਹਿਬ, ਜਿਹੜੇ ਆਪਣੇ ਇੱਥੇ ਅਮੈਰੀਕਾ 'ਚ ਗੁਰਦੁਆਰਾ ਸਾਹਿਬ ਹੈ, ਵੱਡਾ ਗੁਰਦੁਆਰਾ ਸਾਹਿਬ ਨੂੰ ਕਹਿੰਦੇ ਆ, ਔਰ ਸੰਗਤ ਉੱਥੇ ਬਹੁਤ ਉੱਥੇ ਬੜੇ ਪਿਆਰ ਕਰਨ ਵਾਲੇ ਸੱਜਣ ਨੇ। ਉਸ ਵੇਲੇ ਮੈਨੂੰ ਯਾਦ ਹੈ ਕੰਗ ਸਾਹਿਬ ਹੁੰਦੇ ਸੀ ਪ੍ਰਧਾਨ, ਉਹਨਾਂ ਨੇ ਮੈਨੂੰ ਇੱਕ ਦੋ ਤਿੰਨ ਵਾਰੀ ਪਹਿਲਾਂ ਕਹਿ ਚੁੱਕੇ, ਭਾਈ ਗੁਰਮੇਲ ਸਿੰਘ ਤੈਨੂੰ ਸਨਮਾਨਿਤ ਕਰਨਾ। ਮੈਂ ਕਿਹਾ ਜੀ ਕਰਨਾ ਤਾਂ ਸਾਨੂੰ ਤਿੰਨਾਂ ਨੂੰ ਕਰਿਓ, ਜਥੇ ਨੂੰ ਕਰਿਓ। ਉਹ ਕਹਿੰਦੇ ਭਾਈ ਸਾਹਿਬ ਜਰਨੈਲ ਨੂੰ ਇਕੱਲੇ ਨੂੰ ਚੱਕਰ ਤਾਂ ਮਿਲ ਜਾਂਦਾ, ਵੀਰ ਚੱਕਰ ਬਾਕੀ ਹੁਣ ਤਾਂ ਨਹੀਂ ਹੁੰਦਾ। ਮੈਂ ਕਿਹਾ ਜੀ ਇਹ ਤਾਂ ਤੁਹਾਨੂੰ ਫੌਜ ਨੂੰ ਦੇਣਾ ਪੈਣਾ। ਅਤੇ ਇਸ ਕਰਕੇ ਉਹਨਾਂ ਨੇ ਫਿਰ ਸਾਨੂੰ ਤਿੰਨਾਂ ਨੂੰ ਹੀ ਉਸ ਗੁਰਦੁਆਰਾ ਸਾਹਿਬ ਨੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ। ਮੈਂ ਧੰਨਵਾਦ ਹਾਂ ਜੀ ਅਮਰੀਕਾ ਦੇ ਗੁਰਦੁਆਰਿਆਂ ਦਾ ਵੀ ਕਰਦਾ, ਆਪਣਾ ਗਲੈਨ ਰਾਗ ਗੁਰਦੁਆਰਾ ਸਾਹਿਬ ਨਾਲ ਗਲੈਨ ਰਾਗ ਦਾ ਜੀ ਸਮਝੋ ਵੀ ਮੇਰਾ ਬੇਸ ਹੈ। ਵਾਹ ਜੀ ਵਾਹ। ਹਾਂਜੀ, ਗਲੈਨ ਰਾਗ ਦੇ ਤੋਂ ਮੈਂ ਬਹੁਤ ਹੀ ਧੰਨਵਾਦ ਕਰਦਾ ਜੀ, ਇਹਨਾਂ ਨੇ ਮੈਨੂੰ ਗ੍ਰੀਨ ਕਾਰਡ ਦਵਾਇਆ ਬਿਨਾਂ ਸ਼ਰਤ। ਵਾਹ ਜੀ, ਔਰ ਬੜਾ ਪਿਆਰ ਕੀਤਾ। ਹੁਣ ਤੱਕ ਸੰਗਤਾਂ ਮੈਨੂੰ ਸਨਮਾਨ ਮਾਨ ਸਨਮਾਨ ਦਿੰਦੀਆਂ। ਜਦੋਂ ਪਤਾ ਲੱਗਦਾ ਕਿ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਹਾਂ ਆ ਰਹੇ ਨੇ, ਮੈਂ ਵੈਸੇ ਸੰਗਤਾਂ ਦੇ ਮਨ ਚ ਕੀ ਹੈਗਾ ਕਿ ਗਲੈਂਡਰਾ ਖਾਸ ਕਰਕੇ ਤੁਹਾਡਾ ਜਿਹੜਾ ਮਾਨ ਸਤਿਕਾਰ ਹੈ ਨਾ, ਉਹ ਤੁਹਾਨੂੰ ਯਾਦ ਕਰਦੇ ਸਾਰੇ ਭਾਈ ਸਾਹਿਬ ਉਹਨਾਂ ਦਾ ਕੀ ਕਦੋਂ ਇੱਥੇ ਆਉਣ, ਕਦੋਂ ਕੀਰਤਨ ਦਿੰਦਾ ਤਾਂ ਸੁਣਦੇ ਜੀ। ਗਲੈਂਡਰਾਗ ਦੀ ਸੰਗਤ ਮੇਰਾ ਦੁੱਖ ਸੁੱਖ ਵੀ ਸੁਣਦੀ ਹੈ, ਮੇਰਾ ਕੀਰਤਨ ਨਹੀਂ ਸੁਣਦੀ, ਮੇਰਾ ਦੁੱਖ ਸੁੱਖ ਵੀ ਸੁਣਦੀ ਹੈ। ਮੈਂ ਬਿਮਾਰ ਹੋ ਗਿਆ ਪਿੱਛੇ ਜੇ ਕੋਵਿਡ ਵਿੱਚ ਜ਼ਿਆਦੇ। ਅੱਛਾ ਜੀ। ਮੇਰੇ ਉਹ ਪੱਥਰੀ ਦਾ ਓਪਰੇਸ਼ਨ ਹੋ ਗਿਆ, ਕੋਈ ਕਰੇ ਨਾ, ਬਹੁਤ ਜ਼ਿਆਦਾ ਇਨਫੈਕਸ਼ਨ ਵੱਧ ਗਈ। ਅਤੇ ਮੈਨੂੰ ਫਿਰ ਗਰੇਵਾਲ ਪਰਿਵਾਰ ਨੇ ਸੱਦ ਕੇ ਕਿਹਾ ਵੀ ਤੁਸੀਂ ਕੋਈ ਇੰਸ਼ੋਰੈਂਸ ਦੀ ਪਰਵਾਹ ਨਾ ਕਰੋ, ਕੁਛ ਨਾ ਕਰੋ, ਇੱਥੇ ਆ ਜਾਓ। ਉਹਨਾਂ ਨੇ ਮੇਰਾ ਸਾਰਾ ਇਲਾਜ ਕਰਾਇਆ। ਧੰਨਵਾਦ ਹੈ ਇੱਥੋਂ ਦੀ ਸੰਗਤ ਦਾ, ਮੈਨੂੰ ਬਹੁਤ ਮਾਣ ਦਿੰਦੇ। ਅੱਛਾ, ਤੁਸੀਂ ਆਪਣੇ ਸਾਥੀਆਂ ਬਾਰੇ ਹਾਂਜੀ ਦੱਸੋ, ਥੋੜ੍ਹਾ ਦੱਸੋ ਕਿਹੜੇ ਕਿਹੜੇ ਤੁਹਾਡੇ ਨਾਲ ਸਾਥੀ ਰਹੇ? ਮੇਰੇ ਸਾਥੀ ਜੀ ਬਹੁਤ ਇਮਾਨਦਾਰ ਔਰ ਬਹੁਤ ਚੰਗੇ ਨੇ, ਔਰ ਕੁਲਦੀਪ ਸਿੰਘ ਤਾਂ ਸਾਡੀ ਰੱਬ ਰੂਹ ਹੈ ਜੀ, ਉਹ ਸੰਤ ਨੇ, ਇੰਨੀ ਬਾਣੀ ਪੜ੍ਹਨੇ। ਭਾਈ ਗੁਰਬਚਨ ਸਿੰਘ ਬਹੁਤ ਇਮਾਨਦਾਰ ਔਰ ਬਹੁਤ ਚੰਗੇ ਬੰਦੇ, ਮੈਂ ਸਾਰੀ ਜ਼ਿੰਦਗੀ ਕੱਢੀ ਹੈ ਉਹਨਾਂ ਨਾਲ। ਕਿੰਨੇ ਸਾਲਾਂ ਤੋਂ ਤੁਸੀਂ ਇਕੱਠੇ? ਸਾਨੂੰ ਲਗਭਗ 53 ਸਾਲ ਤਾਂ ਹੋ ਗਏ ਕੀਰਤਨ ਕਰਦੇ। ਵਾਹ ਜੀ ਵਾਹ। ਅਤੇ
ਹੁਣ ਤਾਂ ਵੀ ਕਈ ਵਾਰੀ ਭਾਈ ਸਾਹਿਬ ਸਾਡੇ ਗੁਰਬਚਨ ਸਿੰਘ ਜੀ ਮੇਰੇ ਬੜੇ ਸਤਿਕਾਰਯੋਗ ਨੇ, ਉਹ ਢਿੱਲੇ ਮੱਠੇ ਹੋ ਜਾਂਦੇ ਨੇ ਕਿਉਂਕਿ ਏਜ ਦਾ ਫਰਕ ਹੈ। ਹਾਂ, ਏਜ ਫੈਕਟ। ਸੋ ਮੈਂ ਵੀ ਉਸ ਏਜ ਵਿੱਚ ਆ ਰਿਹਾ ਸੀ, ਗੱਲ ਨਹੀਂ ਕੋਈ, ਕਦੀ ਦੰਦ ਨਿਕਲੇਗਾ, ਕਦੀ ਕੁਛ ਹੋ ਗਿਆ, ਕਦੀ ਕੁਛ ਹੋ ਗਿਆ, ਅਤੇ ਕਦੀ ਪੱਥਰੀ ਆ ਗਈ। ਸੋ ਇਹ ਤਾਂ ਜਿਹੜੇ ਉਮਰ ਦਾ ਹੈਗਾ ਥੋੜ੍ਹਾ ਜਿਹਾ। ਸੋ ਜਿੰਨੀ ਮਹਾਰਾਜ ਨੇ ਆਜੂ ਦਿੱਤੀ ਹੈ, ਸੋ ਠੀਕ ਤਰ੍ਹਾਂ ਭੋਗ ਰਹੇ ਹਾਂ, ਕੀਰਤਨ ਕਰ। ਹੋਰ ਭਾਈ ਸਾਹਿਬ ਤੁਸੀਂ ਕੋਈ ਸੁਣਾਓ ਸਾਨੂੰ ਆਪਣੀ ਪੁਰਾਤਨ ਕੋਈ ਜਿਹੜੀ ਕੰਪੋਜੀਸ਼ਨ ਆ, ਜਿਹੜੇ ਆਮ ਹੋਰ ਰਾਗੀ ਸਿੰਘ ਵੀ ਗਾਉਂਦੇ ਨੇ। ਸੁਣੋ ਜੀ, ਹਾਂ ਆਵਾਜ਼ ਦਾ ਮਿਹਨਤ ਕਰਨੀ ਚਾਹੀਦੀ ਹੈ ਜਾਂ ਉਹਨੂੰ ਕਿੰਨਾ ਸਿੱਖਿਆ ਹੋਣਾ ਚਾਹੀਦਾ ਹੈ ਗੁਰਬਾਣੀ ਦਾ, ਉਹਨੂੰ ਕਿੰਨਾ, ਮੈਂ ਉਸ ਬਾਰੇ ਦੱਸੋ ਕਿ ਇੱਕ ਕੀਰਤਨੀਆਂ 'ਚ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ। ਦੇਖੋ ਜੀ, ਕੀਰਤਨੀਆਂ ਵਿੱਚ ਸਭ ਤੋਂ ਪਹਿਲਾਂ ਤਾਂ ਤੁਹਾਡਾ ਆਚਰਣ, ਵਾਹ ਵਾਹ, ਗੁਰੂ ਪਤੀ ਪ੍ਰਤੀ ਪਿਆਰ, ਸ਼ਰਧਾ, ਉਹ ਹੋਣੀ ਚਾਹੀਦੀ ਹੈ। ਫਿਰ ਤੁਹਾਡੇ ਕੀਰਤਨ ਵਿੱਚ ਚਾਰ ਚਰਨ ਲੱਗਦੇ ਨੇ। ਗੁਰਬਾਣੀ ਨਾਲ ਪਿਆਰ ਤਾਂ ਹੀ ਬਣਦਾ ਜੇ ਗੁਰੂ ਚਰਨਾਂ ਨਾਲ ਪਿਆਰ ਹੋਵੇਗਾ। ਸੋ
ਅੱਜ ਦੇ ਕੀਰਤਨੀ ਮੈਨੂੰ ਲੱਗਦਾ ਬਹੁਤ ਸੋਹਣਾ ਕੀਰਤਨ ਕਰਦੇ ਨੇ, ਸਾਰੇ ਬੜੇ ਚੰਗੇ ਨੇ। ਚੰਦ ਜਥੇ ਐਸੇ ਨੇ ਜਿਹੜੇ ਬਹੁਤ ਨਾਮਵਰ ਨੇ, ਮਹਾਰਾਜ ਦੀ ਬੜੀ ਕਿਰਪਾ ਹੈ। ਅਤੇ ਸੋ ਪੁਰਾਤਨ ਵੀ ਮੈਂ ਪੁਰਾਤਨ ਰਾਗੀਆਂ ਦਾ ਕਈਆਂ ਦਾ ਜੀਵਨ ਦੇਖਿਆ। ਸੋ ਭਾਈ ਚਤਰ ਸਿੰਘ ਜੀ ਵਾਹ ਬੜੇ ਜੀਵਨ ਵਾਲੇ ਸੱਜਣ ਸਨ, ਔਰ ਉਹਨਾਂ ਦਾ ਕੀਰਤਨ ਵੀ ਬੜਾ ਮਿੱਠਾ ਸੀ। ਸੋ ਇਹੋ ਜਿਹਾ ਜੀਵਨ ਮੈਂ ਉਹਨਾਂ ਦੇ ਜੀਵਨ ਤੋਂ ਕਾਫੀ ਪ੍ਰੇਰਿਤ ਹੋ। ਸੋ ਮਹਾਰਾਜ ਕਿਰਪਾ ਕਰੇ। ਕਈ ਵਾਰ ਦੇਖੋ ਜੀ, ਇਨਸਾਨ ਤਾਂ ਇਨਸਾਨ ਹੈ, ਦੇਵਤਾ ਤਾਂ ਬਣ ਨਹੀਂ ਸਕਦਾ। ਸੋ ਗੁਰੂ ਚਰਨਾਂ ਨਾਲ ਜੁੜਿਆ ਰਹੇ ਤਾਂ ਮਹਾਰਾਜ ਹਰ ਇੱਕ ਦੁਖਦਾਈ, ਹਰ ਇੱਕ ਕਿਸੇ ਗਲਤ ਕੰਮ ਤੋਂ ਬਚਾ ਕੇ ਰੱਖਦੇ ਨੇ। ਸਭ ਤੋਂ ਵੱਡੀ ਇਹ ਗੱਲ ਹੈ ਵੀ ਜਿਹੜੇ ਗਲਤੀਆਂ ਨਹੀਂ ਹੋਣ ਦਿੰਦੇ ਜਾਂ ਜੀਵਨ 'ਚ ਕੋਈ ਗਲਤ ਕੰਮ ਨਹੀਂ ਹੋਣ ਦਿੰਦੇ, ਉਹ ਤੁਸੀਂ ਆਪਣਾ ਜਿਹੜਾ ਫਰਜ਼ ਹੈ, ਆਪਣੇ ਜਿਹੜੇ ਤੁਹਾਡੀ ਡਿਊਟੀ ਹੈ, ਉਸ ਪ੍ਰਤੀ ਤੁਸੀਂ ਇਮਾਨਦਾਰ ਰਹੋ ਤਾਂ ਤੁਹਾਡੇ ਕੋਲ ਕੋਈ ਗਲਤੀ ਨਹੀਂ ਹੋਏਗੀ। ਵਾਹ ਜੀ ਵਾਹ ਭਾਈ ਸਾਹਿਬ, ਕਿਆ ਬਾਤ ਹੈ। ਮੇਰਾ ਤਾਂ ਇਹ ਕਹਿਣਾ। ਸੋ ਸਾਰੇ ਰਾਗੀ ਸਿੰਘਾਂ ਨੂੰ ਵੀ ਗੁਰੂ ਪ੍ਰਤੀ ਸ਼ਰਧਾ ਸਮਰਪਿਤ ਹੋਵੋ, ਸ਼ਰਧਾ ਰੱਖੋ, ਪਿਆਰ ਰੱਖੋ, ਪਿਆਰ। ਇਹ ਕੀਰਤਨ ਤਾਂ ਇੱਕ ਖਜ਼ਾਨਾ ਹੈ, ਸਤਿਗੁਰੂ ਨਾ ਰਾਗੀ ਸਿੰਘਾਂ ਨੂੰ ਉਹ ਖਜ਼ਾਨੇ 'ਚੋਂ ਕਿਣਕਾ ਬਖਸ਼ਦਾ ਹੈ। ਵਾਹ ਵਾਹ, ਮੇਰੀ ਝੋਲੀ ਵੀ ਉਸੇ ਖਜ਼ਾਨੇ 'ਚੋਂ ਹੀ ਕਿਣਕਾ ਪਿਆ ਹੈ। ਗੁਰੂ ਰਾਮਦਾਸ ਦੇ ਦਰ ਤੋਂ ਕੀਰਤਨ ਮਿਲਿਆ, ਸੋ ਮੈਂ ਤਾਂ ਸ਼ੁਕਰਗੁਜ਼ਾਰ ਹਾਂ ਮਹਾਰਾਜ ਦਾ, ਬਹੁਤ ਸ਼ੁਕਰ। ਮੇਰਾ ਰੋਮ ਰੋਮ, ਮਹਾਰਾਜ ਦਾ ਧੰਨਵਾਦ ਜੀ। ਡਾਕਟਰ ਸਾਹਿਬ, ਤੁਸੀਂ ਕੋਈ ਭਾਈ ਸਾਹਿਬ ਨਾਲੋਂ, ਭਾਈ ਸਾਹਿਬ ਜਿਸ ਤੱਕ ਤੁਹਾਡੀ ਸੇਵਾ ਦਾ ਕਮਿਊਨਿਟੀ ਪਰ ਸੇਵਾ ਹੈ, ਹਾਂਜੀ, ਅਤੇ ਤੁਹਾਡੀ ਦੇਣ ਜੋ ਕਮਿਊਨਿਟੀ ਨੂੰ ਹੈ ਉਹਦੇ ਕੋਈ ਪੈਰ ਲੋ ਨਹੀਂ। ਵਾਹਿਗੁਰੂ ਹੈ ਜੀ। ਸੋ ਅਸੀਂ ਅੱਜ ਦੇ ਅਜੋਕੇ ਹਾਲਾਤ ਜੋ ਹੈ, ਕੌਮ ਵਿੱਚੋਂ ਕਿਹੜੇ ਪੜਾਅ 'ਚੋਂ ਨਿਕਲ ਰਹੀ ਹੈ, ਹਾਂਜੀ, ਤੁਸੀਂ ਕੀ ਕਹਿਣਾ ਚਾਹੋਗੇ ਕਿ ਅਸੀਂ ਕੀ ਕਰੀਏ ਕਿ ਇਸ ਪੜਾਅ 'ਚ ਸੁੱਖ ਨਾ ਨਿਕਲ ਸਕੇ? ਦੇਖੋ ਜੀ, ਸਭ ਤੋਂ ਵੱਡੀ ਗੱਲ ਜੋ ਮੈਂ ਹੁਣੇ ਕਹਿ ਕੇ ਹਾਂ, ਜੋ ਤੁਹਾਡਾ ਧਰਮ ਹੈ, ਜੋ ਤੁਹਾਡਾ ਅਕੀਦਾ ਹੈ, ਜੋ ਤੁਸੀਂ ਜਿਸ ਨੂੰ ਧਰਮ ਨੂੰ ਮੰਨਦੇ ਹੋ, ਭਾਵੇਂ ਹਿੰਦੂ ਆ, ਭਾਵੇਂ ਸਿੱਖ ਆ, ਭਾਵੇਂ ਮੁਸਲਮਾਨ, ਉਸ ਪ੍ਰਤੀ ਦ੍ਰਿੜ ਹੋਵੋ, ਉਸ ਪ੍ਰਤੀ ਪਰਿਪੱਕ ਹੋਵੋ। ਔਰ ਜਦੋਂ ਤੁਸੀਂ ਆਪਣੇ ਧਰਮ ਪ੍ਰਤੀ, ਆਪਣੇ ਗੁਰੂ ਪ੍ਰਤੀ, ਆਪਣੇ ਦੇਵਤਿਆਂ ਪ੍ਰਤੀ ਪਰਿਪੱਕ ਹੋਵੋਗੇ ਤਾਂ ਆਪੇ ਤੁਹਾਡੇ ਸਭ ਕਾਰਜ ਸੰਵਰਦੇ ਜਾਣੇ। ਭਾਵਨਾ ਨੂੰ ਤੁਸੀਂ ਬੜਾ ਸਾਫ਼ ਸੁਥਰਾ ਰੱਖੋ, ਸਾਦਗੀ, ਪਿਆਰ ਅਤੇ ਤੁਹਾਡਾ ਕੰਮ, ਇਹ ਸਭ ਸੁਮੇਲ ਹੋ ਕੇ ਤੁਹਾਡੀ ਸਭ ਸ਼ਖਸੀਅਤ, ਤੁਹਾਡੇ ਸਾਰਾ ਪ੍ਰਭਾਵ, ਤੁਹਾਡੀ ਕੌਮ ਦੀ, ਕੌਮ ਦਾ ਅਕਸ ਬਣਦਾ ਹੈ। ਹੁਣ ਆਪਣੇ ਸਿੱਖ ਕੌਮ ਵਿੱਚ ਬੜੇ ਵੱਡੇ ਵੱਡੇ ਹੈਗੇ ਨੇ, ਜਿਹੜੇ ਡਾਕਟਰ ਨੇ, ਸਾਡੇ ਸਾਇੰਸਦਾਨ ਵੀ ਹੈਗੇ ਨੇ, ਹੋਰ ਬਹੁਤ ਚੰਗੇ ਵਿਦਵਾਨ ਨੇ, ਭਾਈ ਪਿੰਦਰਪਾਲ ਸਿੰਘ ਜੀ ਵਰਗੇ ਕੈਸੇ ਦੇਖੋ ਸਿੱਖੀ ਦੇ ਥੰਮ ਬਣੇ ਨੇ। ਸੋ ਮਹਾਰਾਜ ਦੀ ਬੜੀ ਕਿਰਪਾ ਉਹਨਾਂ 'ਤੇ। ਭਾਈ ਹਰਜਿੰਦਰ ਸਿੰਘ ਜੀ ਸਾਰੇ ਦੇਖੋ, ਇਹ ਉਸਤਾਦ ਜੀ ਬੈਠੇ ਨੇ ਇੱਥੇ ਆਏ ਨੇ ਜਦੋਂ ਦੇ, ਕਿੰਨੇ ਬੱਚਿਆਂ ਨੂੰ ਕੀਰਤਨ ਲਈ ਲਾ ਤਾ, ਤਬਲਾ ਵਜਾਉਣ ਲਾ ਤਾ, ਦੇਖੋ ਸਾਰਾ ਸਰੋਤ ਬਣਾ ਤੀ ਇਹਨਾਂ ਨੂੰ। ਇਹ ਇੱਕ ਤਰੀਕਾ ਹੁੰਦਾ ਕੌਮ ਨੂੰ ਸੁਧਾਰ ਕਰਨ ਦਾ। ਜਿਹੜੀ ਹੁਣ ਸਰੋਤ ਹੈ ਉਹ ਇੱਥੇ ਬੱਚਿਆਂ ਪ੍ਰਤੀ, ਮੈਂ ਇਹ ਦੇਖਦਾ ਵੀ ਉਹ ਕੀਰਤਨ ਦੇ ਕਿੰਨੇ ਸਰੋਤੇ ਹੋ ਗਏ ਨੇ, ਉਹ ਆਪ ਕੀਰਤਨ ਕਿੰਨਾ ਵਧੀਆ ਕਰਨ ਲੱਗੇ, ਤਬਲਾ ਕਿੰਨਾ ਵਧੀਆ ਵਜਾਉਣ ਲੱਗ ਗਏ। ਇਹ ਸਭ ਉਸਤਾਦ ਜੀ ਹੋਣਾਂ ਦੀ ਮਿਹਰਬਾਨੀ, ਇਹਨਾਂ ਨੇ ਬਹੁਤ ਕੰਮ ਕੀਤਾ ਜਦੋਂ ਇੱਥੇ ਆਏ ਨੇ, ਔਰ ਬੜੇ ਅਣਥੱਕ ਨੇ। ਇਹਨਾਂ ਨੂੰ ਮੈਂ ਵਧਾਈ ਦਿੰਦਾ ਇਸ ਗੱਲ ਦੀ ਕਿ ਬੱਚਿਆਂ ਨੂੰ ਬੜੀ ਵਿੱਦਿਆ ਪੜ੍ਹਾਈ ਹੈ। ਸਾਨੂੰ ਹੋਰ ਵੀ ਲਾਲਚ ਹੈਗਾ ਕਿ ਅੱਜ ਅਸੀਂ ਤੁਹਾਡੇ ਕੋਲੋਂ ਬਹੁਤ ਸੁਣੀਏ,
ਤੇ ਫਿਰ ਇੱਕ ਹੋਰ ਸਾਨੂੰ ਕੰਪੋਜੀਸ਼ਨ ਸੁਣਾਓ ਆਪਣੀ ਦੱਸੋ। ਦੇਖੋ ਜਿਸ ਤਰ੍ਹਾਂ ਪੁਰਾਣੀ ਬੰਦਿਸ਼ ਹੈਗੀ, ਕੋਈ ਰਾਗੀਆਂ ਨੇ ਬੜੀ ਗਾਈ, ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸ, ਇਹ ਸਾਰੀ ਬੰਦਿਸ਼ ਸਾਡੀ ਆਪਣੀ ਬਣਾਈ। ਦੇਖੋ ਗੁਰਸਿੱਖ ਜੋਗੀ ਕੀਰਤਨ ਦਰਬਾਰ ਸਾਹਿਬ ਹੈ, ਸ੍ਰੀ ਹਰਿਮੰਦਰ ਸਾਹਿਬ ਦੀ ਕਿਰਪਾ ਸਾਰੀ ਵਰਤ ਰਹੀ ਹੈ, ਗੁਰੂ ਰਾਮਦਾਸ ਦੀ ਕਿਰਪਾ। ਸੋ ਤੁਹਾਡੀਆਂ ਅਸੀਸਾਂ ਸਾਰੀ ਸੰਗਤ ਦੀਆਂ ਮੇਰੇ ਨਾਲ ਨੇ, ਸੋ ਸਤਿਗੁਰੂ ਜੀ ਕਿਰਪਾ ਕਰ। ਹੁਣ ਭਾਈ ਸਾਹਿਬ ਇੱਕ ਸਵਾਲ ਹੈਗਾ, ਹਾਂਜੀ, ਤੁਸੀਂ ਸੀਨੀਅਰ ਮੋਸਟ ਹੋ ਅਤੇ ਸਾਰੇ ਦੇ ਹੁਣ ਵੇਖੇ ਅਤੇ ਜੇ ਅਸੀਂ ਕੌਮ ਦਾ ਪਿਤਾ ਵੀ ਕਹੇ ਤਾਂ ਕੋਈ ਹਰਜ ਨਹੀਂ ਹੈ, ਪਰ ਉਸਦਾ ਤੁਸੀਂ ਇੱਕ ਇੱਕ ਲਾਈਨ ਦੇ ਵਿੱਚ ਕੌਮ ਨੂੰ ਸਿੱਖਿਆ ਦੇ ਦਿਓ, ਆਹ ਯੂਥ ਹੈ ਜਿਹੜੀ ਇਹਨੂੰ ਸਿੱਖਿਆ ਦੇ ਦਿਓ ਇੱਕ ਲਾਈਨ ਦੇ ਵਿੱਚ ਕਿ ਭਾਈ ਆਹ ਕਰਿਓ ਅਤੇ ਆਹ ਨਾ ਕਰਿਓ,
ਜੋ ਤੁਹਾਡੇ ਦਿਮਾਗ 'ਚ ਆਉਂਦਾ। ਵਾਹਿਗੁਰੂ ਸਤਿਗੁਰੂ ਕਿਰਪਾ ਕਰਨ ਜੀ, ਸਾਰੇ ਨੌਜਵਾਨ ਵੀ ਬਹੁਤ ਅੱਛੇ ਰਸਤੇ ਤੁਰ ਰਹੇ ਨੇ, ਕਈ ਨਸ਼ਿਆਂ ਵਿੱਚ ਵੀ ਪੈ ਗਏ ਨੇ, ਪੰਜਾਬ ਦੇ ਹਾਲਾਤ ਕਾਫੀ ਖਰਾਬ ਹੋ ਰਹੇ ਨੇ, ਸੋ ਤੁਹਾਡੇ 'ਤੇ ਸਤਿਗੁਰੂ ਕਿਰਪਾ ਕਰਨ, ਇਹਨਾਂ ਨਸ਼ਿਆਂ ਤੋਂ ਦੂਰ ਰਹੋ। ਨਸ਼ੇ ਪਰਿਵਾਰ ਖਤਮ ਕਰ ਦਿੰਦੇ, ਜ਼ਿੰਦਗੀ ਖਤਮ ਕਰ ਦਿੰਦੇ ਆ, ਸੋ ਭਾਈ ਜੇ ਕੌਮ ਨੂੰ ਬਚਾਉਣਾ ਹੈ ਤਾਂ ਨਸ਼ਿਆਂ ਤੋਂ ਦੂਰ। ਸੋ ਇਹ ਮੇਰੀ ਸਤਿਗੁਰੂ ਅੱਗੇ ਵੀ ਜੋਦੜੀ ਹੈ, ਪਾਤਸ਼ਾਹ ਇਸ ਕੌਮ ਨੂੰ ਬਖਸ਼ੋ, ਇਹ ਨਸ਼ਿਆਂ ਤੋਂ ਮੁਕਤ ਕਰਾਓ, ਅਤੇ ਇਹ ਸਾਰੇ ਬੱਚੇ ਨੌਜਵਾਨ ਸਿੱਖੀ ਵੱਲ ਤੁਰਨ ਅਤੇ ਇਸ ਪੰਥ ਦੀ ਚੜ੍ਹਦੀ ਕਲਾ। ਭਾਈ ਸਾਹਿਬ, ਮੈਂ ਭਾਈ ਡਾਕਟਰ ਗੁਰਨਾਮ ਸਿੰਘ ਜੀ ਬਾਰੇ ਜ਼ਰੂਰ ਜ਼ਿਕਰ ਕਰਾਂਗਾ। ਹਾਂਜੀ, ਕਿਉਂਕਿ ਉਹਨਾਂ ਦੀ ਸਿੱਖ ਕੌਮ ਵਿੱਚ ਬੜੀ ਦੇਣ ਹੈ। ਭਾਈ ਬਲਵੀਰ ਸਿੰਘ ਜੀ, ਡਾਕਟਰ ਮਨਪ੍ਰੀਤ ਸਿੰਘ ਹੋਣੀ, ਤੁਸੀਂ ਉਹਨਾਂ ਬਾਰੇ ਕੁਛ ਆਪਣੇ ਭਰਾ ਜਿਹੜੇ ਕੋਈ ਉਹ ਦੱਸੋ, ਉਹਨਾਂ ਨਾਲ ਤੁਹਾਡੇ ਕੋਈ ਪਿਆਰ ਦੀ ਜਿਹੜੀ ਗੱਲਾਂ ਹੈਗੀਆਂ ਕੁਛ। ਡਾਕਟਰ ਗੁਰਨਾਮ ਸਿੰਘ ਜੀ ਬਹੁਤ ਹੀ ਗੁਰਮਤਿ ਸੰਗੀਤ ਵਿੱਚ ਅੱਗੇ ਪਹੁੰਚੇ ਹੋਏ ਨੇ, ਸੋ ਸਾਰੀ ਕੌਮ ਨੂੰ ਉਹਨਾਂ ਦੀ ਬੜੀ ਦੇਣ ਹੈ, ਔਰ ਸਤਿਗੁਰੂ ਕਿਰਪਾ ਕਰੇ ਉਹਨਾਂ ਦੀ ਸਿਹਤ, ਉਹਨਾਂ ਦੀ ਚੜ੍ਹਦੀ ਕਲਾ, ਸੋਚ ਉਹਨਾਂ ਦੀ ਬੜੀ ਬੁਲੰਦ ਹੈ। ਸੋ ਇਸੇ ਤਰ੍ਹਾਂ ਡਾਕਟਰ ਮਨਪ੍ਰੀਤ ਸਿੰਘ ਜੀ ਜਿਹੜੇ ਬਹੁਤ ਹੀ ਸੁਰੀਲੇ ਨੇ, ਮਿੱਠੇ ਨੇ ਬੜੇ, ਸੋ ਉਹਨਾਂ ਵੀ ਆਉਣ ਵਾਲੇ ਸਮੇਂ 'ਚ ਬਹੁਤ ਤਰੱਕੀ ਕਰਨਗੇ, ਔਰ ਸਤਿਗੁਰੂ ਉਹਨਾਂ 'ਤੇ ਵੀ ਹੱਥ ਰੱਖਣ ਜੀ। ਭਾਈ ਬਲਵੀਰ ਸਿੰਘ ਸੁਰਗਾ 'ਚ ਬਾਦਸ਼ਾਹ ਹੋਏ, ਬੜੇ ਸਿਆਣੇ ਨੇ ਉਹ, ਗਿਣਤੀ ਮਿਣਤੀ ਦੇ ਬਹੁਤ ਸਿਆਣੇ ਸਨ। ਵਾਹ ਵਾਹ, ਜੋ ਗਿਣਤੀ ਮਿਣਤੀ ਉਹ ਕਰ ਜਾਂਦੇ ਸੀ, ਮੈਂ ਉਹਨਾਂ ਦਾ ਟਾਈਮ ਦੇਖਿਆ ਦਰਬਾਰ ਸਾਹਿਬ, ਸੁਣਿਆ ਮੈਂ ਉਹਨਾਂ ਨੂੰ, ਅਸੀਂ ਸੁਣਨ ਜਾਂਦੇ ਹੁੰਦੇ ਸੀ ਉਹਨਾਂ। ਵਾਹ ਜੀ ਵਾਹ। ਭਾਈ ਬਲਦੇਵ ਸਿੰਘ, ਭਾਈ ਬਲਵੀਰ ਸਿੰਘ ਜੀ, ਪ੍ਰਿੰਸੀਪਲ ਬਲਦੇਵ ਸਿੰਘ ਜੀ ਬਹੁਤ ਸਿਆਣੇ ਸੀ, ਉਹਨਾਂ ਦੀ ਤਾਨ ਜਿਹੜੀ ਸੀ ਬਹੁਤ ਤਿਆਰ ਸੀ, ਉਸ ਵੇਲੇ ਕਿਸੇ ਰਾਗੀ ਦੀ ਉਨੀ ਤਾਨ ਤਿਆਰ ਨਹੀਂ ਸੀ ਜਿੰਨੀ ਭਾਈ ਬਲਦੇਵ ਸਿੰਘ ਦੀ ਤਾਨ ਤਿਆਰ। ਹਾਂ, ਸੋ ਉਹ ਅਤੇ ਭਾਈ ਬਲਵੀਰ ਸਿੰਘ, ਭਾਈ ਬਲਵੀਰ ਸਿੰਘ ਨੂੰ ਅਸੀਂ ਇੰਜ ਕੀਰਤਨ ਕਰਦਾ ਦੇਖਿਆ ਦਰਬਾਰ, ਜਿਵੇਂ ਘੋਲ ਹੁੰਦਾ। ਵਾਹ ਜੀ ਵਾਹ। ਉਹ ਤਬਲੇ ਵਾਲੇ ਨੇ ਚੁੱਕ ਲੈਣਾ ਅਤੇ ਉਹਨੇ ਛੱਡ ਦੇਣਾ, ਉਹਨੇ ਛੱਡ ਦੇਣਾ, ਉਹਨੇ ਚੁੱਕ ਲੈਣਾ, ਅਤੇ ਮਤਲਬ ਆਹ ਚਿਤਾਵਾ ਵੱਡਾ, ਉਹਨਾਂ ਨੇ ਬੜਾ ਹੀ ਕੰਮ ਕਰਨਾ। ਕਿਉਂਕਿ ਮੈਂ ਵੀ 30-35 ਸਾਲ ਉਹਨਾਂ ਦੇ ਨਾਲ ਮੈਂ ਨਾਲ ਰਿਹਾ, ਦਰਬਾਰ ਸਾਹਿਬ ਵੀ ਉਹਨਾਂ ਨੇ ਕਾਫੀ ਡਿਊਟੀ ਕੀਤੀ, ਡਾਕਟਰ ਗੁਰਨਾਮ ਸਿੰਘ ਜੀ ਨਾਲ ਵੀ, ਤੇ ਬੜਾ ਹੀ ਆਨੰਦ ਲਿਆ। ਨਹੀਂ ਜੀ, ਬਹੁਤ ਸਿਆਣੇ ਸਿਆਣੇ ਬੰਦੇ ਨੇ, ਮੈਨੂੰ ਕਈਆਂ ਦੇ ਨਾਂ ਛੇਤੀ ਯਾਦ ਨਹੀਂ ਆ ਰਹੇ, ਸੋ ਬਹੁਤ ਮੈਥੋਂ ਤਾਂ ਬਹੁਤ ਅੱਗੇ ਲੋਕ ਨੇ। ਚਲੋ ਭਾਈ ਸਾਹਿਬ, ਫਿਰ ਇੱਕ ਕੋਲ ਤੁਸੀਂ ਵੀ ਦਿਖਾ ਦਿਓ। ਮੈਂ ਸਰਦਾਰ ਵੀਰ ਸਿੰਘ ਬੈਠੇ ਆ, ਤੁਸੀਂ ਭਾਈ ਸਾਹਿਬ ਇਸ ਉੱਚ ਕੀ ਹੋਣੇ, ਤੁਸੀਂ ਸਨਮਾਨ ਪ੍ਰੀਤ ਚਰਨ ਕਮਲ ਸਾਰੇ ਸੁਣਦੇ ਆ ਭਾਈ ਸਾਹਿਬ, ਇਸ ਕਰਕੇ ਇਹਨਾਂ ਨੇ ਕਹਿ ਰਹੇ ਨੇ। ਮਨ ਪ੍ਰੀਤ ਚਰਨ ਕਮਲਾਰੇ, ਮਨ ਪ੍ਰੀਤ ਚਰਨ ਕਮਲਾਰੇ।
ਹਜੇ ਵੀ ਸਾਡਾ ਦਿਲ ਕਰੀ ਜਾ ਰਿਹਾ ਕਿ ਤੁਹਾਨੂੰ ਸੁਣਦੇ ਹੀ ਰਹੀਏ, ਪਰ ਟਾਈਮ ਦੀ ਜਿਹੜੀ ਹੈ ਉਹ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਇਸ ਕਰਕੇ ਮੇਰੇ ਮਨ 'ਚ ਬਹੁਤ ਚਿਰ ਤੋਂ ਹੈਗਾ ਸੀ ਕਿ ਤੁਹਾਡੇ ਨਾਲ ਇੰਟਰਵਿਊ ਕੀਤੀ ਜਾਏ, ਜਿਹੜੇ ਤੁਹਾਡੇ ਪੁਰਾਣੇ ਜਿਹੜੀ ਕੰਪੋਜੀਸ਼ਨਾਂ ਹੈਗੀਆਂ ਜਾਂ ਤੁਹਾਡੀ ਲਾਈਫ ਸਟੋਰੀ ਬਾਰੇ, ਮਤਲਬ ਇਹ ਚੀਜ਼ਾਂ ਹਮੇਸ਼ਾ ਲਈ ਰਹਿ ਜਾਣੀਆਂ ਜੋ ਅੱਜ ਆਪਾਂ ਕਰ ਰਹੇ ਹਾਂ ਰਿਕਾਰਡ। ਇਹ ਜਦੋਂ ਯੂਟਿਊਬ 'ਤੇ ਫੇਸਬੁੱਕ 'ਤੇ ਇਹ ਲਾਈਵ ਹੋਏ ਸਾਰਾ ਪਏਗੀ, ਕਾਫੀ ਲੋਕਾਂ ਨੂੰ ਇਹਦੇ ਚੋਂ ਸਿੱਖਣ ਲਈ ਮਿਲੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਖਾਸ ਕਰਕੇ ਸਾਡੇ ਵਰਗਿਆਂ ਨੂੰ ਬਹੁਤ ਕੁਛ ਸਿੱਖਣ ਨੂੰ ਮਿਲੇਗਾ ਕਿ ਭਾਈ ਸਾਹਿਬ ਨੇ ਕਿਸ ਤਰ੍ਹਾਂ ਇੱਥੋਂ ਤੱਕ ਪਹੁੰਚੇ, ਕਿੰਨੀਆਂ ਮੁਸ਼ਕਲਾਂ ਦੇ ਨਾਲ ਕਿੱਦਾਂ ਇਹ ਸਿੱਖੇ ਨੇ, ਇਹਨਾਂ ਦੀ ਕੀਰਤਨ ਸ਼ੈਲੀ ਕਿਹੜੀ ਹੈਗੀ ਹੈ। ਇਸ ਕਰਕੇ ਮੈਂ ਕਾਫੀ ਚਿਰ ਤੋਂ ਮੇਰਾ ਮਨ ਸੀ ਕਿ ਤੁਹਾਡਾ ਧੰਨਵਾਦ ਹੈ, ਡਾਕਟਰ ਸਾਹਿਬ ਦਾ ਮੈਂ ਧੰਨਵਾਦ ਕਰਦਾ ਕਿ ਇਹਨਾਂ ਨੇ ਵੀ ਸਾਨੂੰ ਅੱਜ ਟਾਈਮ ਦਿੱਤਾ।
ਭਾਈ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਹਾਡਾ ਧੰਨਵਾਦ ਜੀ, ਸਾਰਿਆਂ ਦਾ ਰਲ ਮਿਲ ਕੇ ਧੰਨਵਾਦ ਜੀ, ਤੁਸੀਂ ਜੋ ਇਹਨਾਂ ਨੇ ਉਪਰਾਲਾ ਕੀਤਾ ਇਹ ਯੂਟਿਊਬ ਦੇ ਹੈਗੇ ਮਾਲਕ ਹੀ ਹੈਗੇ, ਸੋ ਇਹਨਾਂ ਨੇ ਬਹੁਤ ਉਪਰਾਲਾ ਕੀਤਾ, ਬਹੁਤ ਸਿਆਣੇ ਨੇ ਜੀ, ਬਹੁਤ ਠਾਮੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ, ਚਰਨ ਤਲੇ ਤੇ ਉੱਪਰ ਆਵੇ ਤਾਂ ਨਾਨਕ ਸਾਹਿਬ ਜਨਾ ਜਗਤ ਮਾਨ ਸਭ ਪੈਰੀ ਪਾਏ, ਸੋ ਮਾਣ ਸਤਿਕਾਰ ਗੁਰਬਾਣੀ ਦਾ, ਕੀਰਤਨ ਦਾ, ਕੀਰਤਨੀਆਂ ਦਾ, ਸੋ ਇਹ ਤੁਹਾਡਾ ਧੰਨਵਾਦ, ਸੰਗਤ ਦਾ ਧੰਨਵਾਦ, ਗੁਰੂ ਰਾਮਦਾਸ ਦੇ ਚਰਨਾਂ 'ਚ ਦੋਨੇ ਹੱਥ ਜੋੜ ਕੇ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਦਾਸ ਨੂੰ ਇਸ ਯੋਗ ਬਣਾ ਤਾ, ਸੋ ਅੱਗੋ ਤੁਸੀਂ ਸਾਰੇ ਸੀਸ ਬਖਸ਼ਿਸ਼ ਕਰੋ ਜੀ, ਖਾਲਸਾ ਵਾਹਿਗੁਰੂ ਸੋਨਿਆ ਸਤਿ ਸ੍ਰੀ ਅਕਾਲ।